ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਤੱਕ। ਮੈਂ ਹਾਂ ਮਨੀਸ਼ ਕੌਸ਼ਲ। ਅਸੀਂ ਖੜ੍ਹੇ ਹਾਂ ਪਟਿਆਲਾ ਇੰਸਪੈਕਟਰ ਜਨਰਲ ਆਫ ਪੁਲਿਸ IG ਦੇ ਆਫਿਸ ਦੇ ਬਾਹਰ, ਜਿੱਥੇ ਵਿਕਰਮ ਮਜੀਠੀਆ ਦੀ ਪੇਸ਼ੀ ਜਿਹੜੀ ਹੈਗੀ ਹੈ ਉਹ ਚੱਲ ਰਹੀ ਹੈ। ਹੁਣ ਤੋਂ ਕੁਝ ਸਮਾਂ ਪਹਿਲੇ ਲਗਭਗ 12 ਵਜੇ ਵਿਕਰਮ ਮਜੀਠੀਆ ਜਿਹੜੇ ਹੈਗੇ ਹੈ ਸਿੱਟ ਮੂਹਰੇ ਪੇਸ਼ ਹੋਣ ਵਾਸਤੇ ਅੰਦਰ ਗਏ ਹੈ। ਅੰਦਰ ਜਾਣ ਤੋਂ ਪਹਿਲਾਂ ਮਜੀਠੀਆ ਜਿਹੜੇ ਸੀਗੇ ਪੂਰੇ ਫੋਰਮ 'ਚ ਨਜ਼ਰ ਆ ਰਹੇ ਸੀ, ਅਤੇ ਜਿਨ੍ਹਾਂ ਨੇ ਬਾਹਰ ਮੀਡੀਆ ਨਾਲ ਗੱਲਬਾਤ ਵੀ ਕੀਤੀ ਉਹਨਾਂ ਦਾ ਕਹਿਣਾ ਸੀਗਾ ਕਿ ਮੈਂ 9 ਤਾਰੀਖ ਨੂੰ ਭਗਵੰਤ ਮਾਨ ਦੀ ਬੇਟੀ ਦੀ ਇੱਕ ਵੀਡੀਓ ਜਿਹੜੀ ਸੀਗੀ ਉਹ ਵਾਇਰਲ ਕੀਤੀ ਸੀਗੀ, ਜਿਸ ਨੂੰ ਲੈ ਕੇ ਭਗਵੰਤ ਮਾਨ ਜਿਹਨੇ ਮੈਨੂੰ 11 ਤਾਰੀਖ ਨੂੰ ਜਿਹੜੇ ਸੰਮਨ ਹੈਗੇ ਆ ਉਹ ਪੇਸ਼ ਕੀਤੇ ਸੀ ਸਿੱਟ ਦੇ ਮੂਹਰੇ ਪੇਸ਼ ਹੋਣ ਵਾਸਤੇ। ਅਤੇ ਮੈਂ ਲਾ ਬਾਈਡਨ ਸਿਟੀਜ਼ਨ ਹੈਗਾ ਅਤੇ ਮੈਂ ਡਰਦਾ ਨਹੀਂ ਬਿਲਕੁਲ ਵੀ, ਅਤੇ ਇਸ ਕਰਕੇ ਮੈਂ ਪੇਸ਼ ਹੋਣ ਵਾਸਤੇ ਅੱਜ 18 ਤਰੀਕ ਨੂੰ ਮੈਨੂੰ ਬੁਲਾਇਆ ਸੀ ਅਤੇ ਮੈਂ ਪੇਸ਼ ਹੋਣ ਵਾਸਤੇ ਆਇਆ। ਨਾਲ ਹੀ ਵਿਕਰਮ ਮਜੀਠੀਆ ਕਿਤੇ ਨਾ ਕਿਤੇ ਗੱਲਾਂ ਗੱਲਾਂ 'ਚ ਸਿੱਟ ਦੇ ਮੁਖੀ IG ਜਿਹੜੇ ਛੀਨਾ ਹੈਗੇ ਆ ਉਹਨਾਂ ਨੂੰ ਵੀ ਇੱਕ ਵਾਰਨਿੰਗ ਦੇ ਕੇ ਗਏ ਹੈ ਕਿ ਉਹਨਾਂ ਦੀ ਰਿਟਾਇਰਮੈਂਟ ਜਿਹੜੀ ਹੈਗੀ ਆ ਉਹ 31 ਤਰੀਕ ਦੀ ਹੈਗੀ ਹੈ, ਔਰ ਉਹਨਾਂ ਦੇ ਉੱਤੇ ਵੀ ਮਾਮਲਾ ਜਿਹੜਾ ਹੈਗਾ ਚੱਲ ਰਿਹਾ, ਅਤੇ ਉਹ ਸੋਚ ਲੈਣ। ਇਹ ਇਸ ਤਰ੍ਹਾਂ ਦੀਆਂ ਮਤਲਬ ਗੱਲਾਂ ਜਿਹੜੀਆਂ ਹੈਗੀਆਂ ਵਿਕਰਮ ਮਜੀਠੀਆ ਜਿਹੜੇ ਹੈਗੇ ਆ ਕਰਕੇ ਗਏ ਹੈ। ਉਹਨਾਂ ਦਾ ਕਹਿਣਾ ਹੈ ਕਿ 31 ਤਰੀਕ ਨੂੰ ਇਹ ਸਿੱਟ ਜਿਹੜੀ ਹੈਗੀ ਹੈ ਖਤਮ ਹੋ ਜਾਏਗੀ, ਉਸ ਤੋਂ ਬਾਅਦ ਜਿਹੜੀ ਨਵੀਂ ਸਿੱਟ ਹੈ ਮੈਂ ਚਾਹੁੰਦਾ ਭਗਵੰਤ ਮਾਨ ਉਸ ਸਿੱਟ ਦਾ ਚੇਅਰਮੈਨ ਆਪ ਬਣੇ, ਅਤੇ ਆਪਣੇ OSD ਅਤੇ ਜਿਹੜੇ ਨੇੜੇ ਤੇੜੇ ਦੇ ਹੋਰ ਜਿਹੜੇ ਉਹਨਾਂ 'ਚ ਹੈਗੇ ਆ ਖਾਸ ਉਹਨਾਂ ਨੂੰ ਸਿੱਟ ਦੇ ਵਿੱਚ ਮੈਂਬਰ ਬਣਾਵੇ ਅਤੇ ਮੈਨੂੰ ਮੁੱਖ ਮੰਤਰੀ ਆਵਾਸ 'ਤੇ ਬੁਲਾਵੇ, ਅਤੇ ਜਿਹੜੇ ਗਿੱਧੇ ਭੰਗੜੇ ਜਿਹੜੇ ਹੈਗੇ ਮੁੱਖ ਮੰਤਰੀ ਦਿੱਲੀ ਜਾ ਕੇ ਪਾਉਂਦੇ ਹੈ ਉਹ ਮੈਂ ਗਿੱਧੇ ਭੰਗੜੇ ਜਿਹੜੇ ਹੈਗੇ ਹੈ ਉਹ CM ਹਾਊਸ 'ਚ ਜਿਹੜੇ ਇਹਨਾਂ ਦੇ ਨਾਲ ਪਾਵਾਂਗਾ। ਇਹ ਗੱਲਾਂ ਕਹਿਣ ਤੋਂ ਬਾਅਦ ਜਿਹੜੇ ਵਿਕਰਮ ਮਜੀਠੀਆ ਹੈਗੇ ਹੈ ਆਪਣੇ ਵਕੀਲ ਅਤੇ ਸੁਰਜੀਤ ਸਿੰਘ ਰੱਖੜਾ ਪੂਰਵ ਕੈਬਨਿਟ ਮੰਤਰੀ, ਡਾਕਟਰ ਦਲਜੀਤ ਚੀਮਾ ਪੂਰਵ ਕੈਬਨਿਟ ਮੰਤਰੀ ਦੇ ਨਾਲ ਜਿਹੜਾ ਹੈਗਾ ਉਹ ਅੰਦਰ ਪੇਸ਼ ਹੋਣ ਗਏ ਹੈ। ਇਹ ਵੀ ਕਿਆਸਬਾਜ਼ੀਆਂ ਲੱਗ ਰਹੀਆਂ ਸੀ, ਬਾਹਰ ਜਿਹੜੇ ਵਰਕਰ ਰੋਕ ਕੇ ਹੋਏ ਨੇ ਅਕਾਲੀ ਦਲ ਦੇ ਉਹਨਾਂ 'ਚ ਇਹ ਵੀ ਇੱਕ ਅੰਦੇਸ਼ਾ ਸੀਗਾ ਕਿ ਸ਼ਾਇਦ ਅੱਜ ਵਿਕਰਮ ਮਜੀਠੀਆ ਨੂੰ ਕਿਤੇ ਗ੍ਰਿਫਤਾਰ ਨਾ ਕਰ ਲੈਣ, ਪਰ ਐਸੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਲੱਗਦਾ ਹੈ ਕਿ ਅੱਜ ਜਿਹੜੀ ਵਿਕਰਮ ਮਜੀਠੀਆ ਦੀ ਪੇਸ਼ੀ ਹੈਗੀ ਹੈ ਉਹ ਲੰਬੀ ਚੱਲੇਗੀ, ਔਰ ਸ਼ਾਮ ਨੂੰ 4-5 ਵਜੇ ਤੱਕ ਜਿਹੜਾ ਹੈਗਾ ਇਹ ਪੁੱਛਗਿੱਛ ਦਾ ਸਿਲਸਿਲਾ ਜਾਰੀ ਰਹੇਗਾ। ਬਾਕੀ ਇਨਵੈਸਟੀਗੇਸ਼ਨ ਖਤਮ ਹੋਣ ਤੋਂ ਬਾਅਦ ਜਦੋਂ ਮਜੀਠੀਆ ਬਾਹਰ ਆਉਣਗੇ ਅਤੇ ਮੀਡੀਆ ਨਾਲ ਜਿਹੜੀ ਗੱਲਬਾਤ ਹੋਏਗੀ ਉਸ ਤੋਂ ਬਾਅਦ ਪਤਾ ਚੱਲੇਗਾ ਕਿ ਅੰਦਰ ਸਿੱਟ ਨੇ ਵਿਕਰਮ ਮਜੀਠੀਆ ਤੋਂ ਕੀ ਕੁਐਸਚਨਿੰਗ ਕੀਤੀ। ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ।